ਜਿਹੜੀ ਡੀਜੀ ਲੋਕਰ 'ਤੇ ਆਪਣੀ ਆਈ ਡੀ ਬਣਾਈ ਬੈਠੇ ਨੇ ਉਹ ਇਸ ਆਈ ਡੀ ਲਈ ਸਾਈਨ ਇਨ ਹੋ ਸਕਦੇ ਨੇ ਵਾਇਆ ਡੀਜੀ ਲੋਕਰ ਦੇ ਅਕਾਊਂਟ ਨਾਲ ਹੀ। ਉਹਨਾਂ ਨੂੰ ਸਭ ਤੋਂ ਥੱਲੇ ਜਿਹੜੀ ਬਣੀ ਹੋਈ ਅਕਾਊਂਟ ਹੈਗਾ ਸਾਈਨ ਅਪ ਫੋਰ ਮੇਰੀ ਪਹਿਚਾਣ 'ਚ ਜਾਣ ਦੀ ਲੋੜ ਨਹੀਂ, ਉਹ ਯੂਜ਼ਰ ਨੇਮ ਦੇ ਉੱਪਰ ਹੈਗਾ, ਇੱਥੇ ਆਪਣਾ ਯੂਜ਼ਰ ਨੇਮ ਭਰਨ, ਉਸ ਤੋਂ ਬਾਅਦ ਪਿੰਨ ਭਰਨ ਅਤੇ ਆਹ ਵਾਲੇ ਕੋਲਮ ਨੂੰ ਕਲਿੱਕ ਕਰਕੇ ਅਤੇ ਸਾਈਨ ਇਨ ਕਰ ਦੇਣ। ਜਾਂ ਫਿਰ ਆਪਣਾ ਜਿਹੜਾ ਮੋਬਾਈਲ ਨੰਬਰ ਡੀਜੀ ਲੋਕਰ ਵਾਸਤੇ ਭਰਿਆ ਸੀ ਉਹਨਾਂ ਨੇ, ਉੱਥੇ ਉਹ ਨੰਬਰ ਭਰਨ, ਪਿੰਨ ਭਰਨ ਅਤੇ ਇਸ ਚੀਜ਼ ਨੂੰ ਕਲਿੱਕ ਕਰਕੇ ਸਾਈਨ ਇਨ ਕਰ ਜਾਣ। ਤੀਸਰਾ ਆਪਸ਼ਨ ਉਹਨਾਂ ਕੋਲ ਅਦਰ ਵਾਲਾ ਹੈਗਾ, ਅਦਰ ਵਿੱਚ ਤੁਹਾਡੇ ਕੋਲ ਆਏਗਾ ਬੱਚੇ ਆਧਾਰ ਕਾਰਡ, ਪੈਨ ਕਾਰਡ ਅਤੇ ਡਰਾਈਵਿੰਗ ਲਾਇਸੈਂਸ। ਜਿਹੜਾ ਵੀ ਤੁਸੀਂ ਡੀਜੀ ਲੋਕਰ ਵਾਸਤੇ ਯੂਜ਼ ਕੀਤਾ, ਮੰਨ ਲਓ ਤੁਸੀਂ ਆਧਾਰ ਕਾਰਡ ਯੂਜ਼ ਕੀਤਾ, ਆਧਾਰ ਕਾਰਡ ਨੂੰ ਸਿਲੈਕਟ ਕਰੋ, ਥੱਲੇ ਆਧਾਰ ਕਾਰਡ ਨੰਬਰ ਭਰ ਦਿਉ, ਤੀਜੇ 'ਚ ਆਪਣਾ ਪਿੰਨ ਭਰ ਦਿਉ ਜੋ ਉਸ ਟਾਈਮ ਭਰਿਆ ਸੀ, ਅਤੇ ਇਹਨੂੰ ਇੱਥੇ ਕਲਿੱਕ ਕਰਨ ਤੋਂ ਬਾਅਦ ਸਾਈਨ ਇਨ ਕਰ ਜਾਓ। ਬਾਕੀ ਨੈਕਸਟ ਪ੍ਰੋਸੈਸ ਸਾਰਾ ਬੱਚਾ ਉਵੇਂ ਦਾ ਉਵੇਂ ਹੀ ਰਹਿਣਾ, ਇਸ ਗੱਲ ਨੂੰ ਧਿਆਨ ਰੱਖਿਓ। ਓਕੇ।